तो स्वागत है आपका पति पत्नी और नोक झोंक के हमारे पहले पॉडकास्ट में। तो हम लोग बिना टाइम वेस्ट करते यहाँ पे रैंडम अपने सर्कल में जो फ्रेंड्स हैं जिनकी शादी हुई है नई नई, या शादी हुए 3 साल हुए हैं या 5 साल हुए हैं, तो अलग अलग दोस्तों को कॉल करते हैं और उनसे पूछते हैं उनकी लाइफ में क्या चल रहा है। तो सबसे पहले कॉलर नाम जो है हम लोग यहाँ पे रिवील नहीं करते हैं, तो उसके लिए हम आपसे माफ़ी चाहते हैं। तो पहली कॉल लगाते हैं और उनसे पूछते हैं, देखते हैं आज हमें क्या मिलता है। सरकार आज जो तो फिर है राजा है, किमें आज वाइफ का रेणी है कि ना चलनी पबजी क्यों पबजी आप पहला पबजी नहीं चलती क्यों? बिना कितने चलती पबजी क्यों चलती है पर मजा नहीं होता जी, डिस्टर्बिंग जी होगी। तुम ही चंगा बड़ा प्रो प्लेयर होता है ना अजकल, की विवाह चला पबजी नहीं खेडन हो गया। और भी जी जब मैनू एक गल पता लगी भी जिहड़े इन्ने सारे फॉलोअर सी ना इंस्टाग्राम तो किंदे तेरे किंदे तेरे मेरे हाँ हाँ उधर जो कट के गए क्यों है तू कट के चुन क्यों चुन डिले तू चुन चुन के डिलीट किते ना विहार वो किन्हें तू मैं चुन चुन के डिलीट कर दूं। कुड़ियां दे कॉन्टैक्ट ताही अच्छा कट गए हो। मैं नहीं कटाई उपरों ही कटाई आज इधरों नींद बड़ी हुई आई ना दोपहर अच्छा गुरुआ जो वाइफ चल जाती ना घरों, मैं कहना बंदा इन्ना खुश होता है ना, उन्होंने जिहड़ी नींद आती ना घर आके बैड ते उहदा राजा छाला मारदा है बैड ते डिगदा, कहिंदा मैं ही हाँ बस राजा, इस धरती का राजा मैं ही हाँ होर सुनाओ की फील हो रहा फिर? ਤੁਹਾਡੇ ਵੀ 4 ਦਿਨ ਹੀ ਆ ਤੁਸੀਂ ਵੀ ਨਾ ਜਿਹੜਾ ਅੱਜ ਦਿਨ ਜਿਹੜਾ ਮੇਰਾ ਵੀ ਵਿਆਹ ਹੋਣ ਵਾਲਾ, ਮੈਂ ਤਾਂ ਹੀ 3 ਨੂੰ ਫੋਨ ਲਾ ਲਾ ਕੇ ਐਕਸਪੀਰੀਅੰਸ ਲੈਣਾ ਵੀ ਦੱਸੋ ਕੀ ਮਾਹੌਲ ਆ। ਠੀਕ ਹੋ ਨਹੀਂ ਸੱਚੀ ਯਾਰ, ਜਦੋਂ ਵਾਈਫ ਜਾਂਦੀ ਹੈ ਆਪਣਾ ਪੇਕੇ ਤੇ ਬਹੁਤ ਖੁਸ਼ੀ ਹੁੰਦੀ ਹੈ। ਹੈਂ ਕੁਝ ਹੁੰਦਾ ਤੂੰ ਹਾਂ ਉਹ ਤਾਂ ਬਹੁਤ ਖੁਸ਼ ਹੁੰਦਾ, ਉਹ ਤਾਂ ਕਹਿੰਦਾ ਬਹੁਤ ਖੁਸ਼ ਹੁੰਦਾ। ਬਸ ਫਿਰ ਤੁਸੀਂ ਸਮਝੋ ਨਾ, ਖੁਸ਼ੀ ਤਾਂ ਹੁੰਦੀ ਹੈ ਫਿਰ ਯਾਰ। ਇਹ ਖੁਸ਼ੀ ਨੂੰ ਸੈਲੀਬ੍ਰੇਟ ਕਿਵੇਂ ਕਰਦੇ ਹੋ ਤੁਸੀਂ? ਮਤਲਬ ਬੀਅਰ ਬੂਰ ਪੀਣੀ ਚਾਹੀਦੀ ਆਪਾਂ ਨੂੰ ਕਿ ਨਹੀਂ ਪੀਣੀ ਚਾਹੀਦੀ? ਨਹੀਂ ਆਪਣਾ ਮੈਂ ਇੱਦਾਂ ਇੰਜੋਏ ਮੈਂ ਕਹੀ ਯਾਰ, ਇਹ ਸਭ ਤੋਂ ਵੱਡਾ ਸੈਲੀਬ੍ਰੇਟ ਆ, ਚਲ ਤੁਸੀਂ ਇਕੱਲੇ ਹੋ ਗਏ ਹੋ ਨਾ। ਹਾਂ ਮੈਂ ਕਹਿੰਦਾ ਇਸ ਤੋਂ ਵੀਰ ਗੋਲੀਆਂ ਤੇਰੇ ਇਕੱਲੇ ਪਾਉਂਦਾ ਕੋਈ ਨਾ ਨੀ ਉਰੇ ਮੇਰੇ ਘਰ ਦੀ ਗੱਲ ਉਹ ਨਹੀਂ ਭਰਾ ਰਿਕਾਰਡਿੰਗ ਨਹੀਂ ਕਰਨ ਡਿਆ, ਨਹੀਂ ਜੋ ਤੁਸੀਂ ਕਰਦੇ ਨੇ ਉਹ ਨਹੀਂ ਰਿਕਾਰਡ ਕਰਦਾ ਪਿਆ ਯਾਰ। ਨਹੀਂ ਮੈਂ ਤੁਹਾਨੂੰ ਸਹੀ ਦੱਸਾਂ, ਹਾਂ ਜੋ ਤੁਸੀਂ ਕਰਦੀ ਨਾ ਮਿਲਦੀ ਹੈ। ਅੱਛਾ ਉਹ ਯਾਰ ਤੈਨੂੰ ਨਾ ਸ਼ੱਕ ਪੈ ਗਿਆ ਮੈਂ ਰਿਕਾਰਡਿੰਗ ਕਰਦਾ ਪਿਆ ਤਾਂ ਕਰਕੇ ਤੂੰ ਇਦਾਂ ਬੋਲਣ ਲੱਗ ਪਈ। ਯਾਰ ਮੇਰੇ ਘਰੇ ਕਲੇ ਨਹੀਂ ਨਹੀਂ ਮੈਨੂੰ ਸਵੇਰ ਵਾਲਾ ਦੱਸੀ ਮਾੜਾ ਜਿਹਾ, ਜਿਵੇਂ ਅਗਰ ਜਿਵੇਂ ਮੈਂ ਉਹਦੇ ਵਿਆਹ ਦੀ ਬੈਚਲਰ ਪਾਰਟੀ ਕਰਨੀ ਹੈ ਤੇ ਉਹ ਤੂੰ ਮਤਲਬ ਕਿਵੇਂ 2 ਦਿਨ ਪਹਿਲਾਂ ਕਿਉਂ ਦੱਸਣਾ ਮੈਂ?
ਉਹਦੇ ਪਹਿਲਾਂ ਹੀ ਆ ਘਰ ਦੀ ਦੇ 100 ਕੰਮ ਕਰ ਹੁੰਦੇ ਆ, ਬੰਦਾ ਪਹਿਲਾਂ ਸਾਰਾ ਇੰਤਜ਼ਾਮ ਕਰ ਦਿੰਦਾ ਹੈ ਤੇ ਪੰਜੀ ਦਿਨਾਂ ਪਰਮਿਸ਼ਨ ਵਿੱਚ। ਨਹੀਂ, ਪਰਮਿਸ਼ਨ ਮਿਲ ਜੂਗੀ? ਪਰਮਿਸ਼ਨ ਨਹੀਂ ਯਾਰ, ਘਰ ਦੀ ਬਹੁਤ ਚੰਗੀ ਮੇਰੀ। ਯਾਰ ਸਵੇਰੇ ਦਾ ਤੂੰ ਕੁਛ ਹੋਰ ਕਹਿੰਦਾ ਸੀਗਾ। ਸਵੇਰੇ ਮੈਂ ਕੁਛ ਨਹੀਂ ਕਿਹਾ ਭਾਜੀ, ਸਵੇਰੇ ਦਾ ਤੂੰ ਮੈਨੂੰ ਕਹਿੰਦਾ ਸੀਗਾ ਕਿ ਆਪਾਂ ਸਬਜ਼ੀ 'ਚ ਨਮਕ ਕਹਿ ਦੇਣਾ ਘੱਟ ਆ, ਉਹਨੇ ਗੁੱਸਾ ਕਰ ਦੇਣਾ, ਉਹਨੇ ਆ ਕੇ ਕਹਿਣਾ ਤੁਹਾਡੀ ਤੁਹਾਡਾ ਟੇਸਟ ਹੀ ਖਰਾਬ ਰਹਿੰਦਾ, ਤੂੰ ਕਹਿਣਾ, ਤੂੰ ਅੱਗੋਂ ਕਹਿਣਾ ਕਿ ਮੈਂ ਅੱਗੋਂ ਕਹਿਣਾ ਕਿ ਲੈ ਤੂੰ ਤਾਂ ਮੇਰੇ ਲੜਨ ਨੂੰ ਤਿਆਰ ਨਹੀਂ, ਮੈਂ ਨਹੀਂ ਬੁਲਾਉਣਾ ਤੈਨੂੰ, ਚੱਲ ਪਾਸੇ ਬਾਜ, ਮੈਂ ਘਰੋਂ ਬਾਹਰ ਚੱਲ ਜਾਣਾ ਬਾਜ, ਮੈਂ ਘਰੋਂ ਜਦੋਂ ਮੈਂ ਬਾਹਰੋਂ ਅੰਦਰ ਆਉਣਾ ਮੈਂ ਕਹਿਣਾ ਉਹਨੂੰ ਬੁਲਾਉਣਾ, ਉਹਨੇ ਮੈਨੂੰ ਬੁਲਾਉਣਾ ਨਹੀਂ, ਮੈਂ ਉਹਨੂੰ ਕਹਿਣਾ ਫਿਰ ਠੀਕ ਹੈ ਮੈਂ ਚੰਗਾ ਦੋਸਤ ਘਰ ਚੱਲਿਆ ਸੌਣ, ਅਤੇ ਆਪਾਂ ਚੱਲ ਜਾਣਾ ਦੋਸਤ ਘਰ, ਅਤੇ ਉੱਥੇ ਆਪਾਂ ਜੂਮ ਜੂਮ ਬਾਬਾ ਕਰਾਂਗੇ। ਮੈਂ ਤਾਂ ਕਿਹਾ ਹੀ ਕਿਹਾ ਹੀ ਯਾਰ। ਅੱਛਾ, ਸਬਜ਼ੀ 'ਚ ਨਮਕ ਵਾਲਾ ਫੰਡਾ ਕੀ ਹੈ? ਸਬਜ਼ੀ 'ਚ ਨਮਕ ਵਾਲਾ ਕੀ ਚੱਕਰ ਆ? ਵੀ ਸਬਜ਼ੀ 'ਚ ਨਮਕ ਤਾਂ ਵੀ ਲੜਾਈ ਹੋ ਜਾਂਦੀ ਵਿਆਹ ਤੋਂ ਬਾਅਦ। ਸਬਜ਼ੀ 'ਚ ਨਮਕ ਯਾਰ, ਸੀਰੀਅਸ ਗੱਲਾਂ ਕਰ, ਕੁਛ ਰਿਕਾਰਡਿੰਗ ਨਹੀਂ ਹੁੰਦੀ ਵੀ, ਐਡੀ ਲੰਬੀ ਰਿਕਾਰਡਿੰਗ ਨਹੀਂ ਕਰਦਾ ਹੁੰਦਾ ਮੈਂ। ਚਲੋ 5-10 ਮਿੰਟ ਬਾਅਦ ਰੋਕੇ ਗੱਲ, ਰੋਟੀ ਖਾਣਾ ਮੈਂ, ਠੀਕ ਆ। ਤੋ ਯੇ ਥੇ ਹਮਾਰੇ ਪਹਿਲੇ ਕਾਲਰ, ਇਨਕੀ ਸ਼ਾਦੀ ਹੋਏ 3-4 ਮਹੀਨੇ ਹੋਏ ਹੈ, ਬੇਚਾਰਾ ਕੋ ਸ਼ਾਇਦ ਇਨਕੋ ਡਾਊਟ ਹੋ ਗਿਆ ਤੋ ਵਰਨਾ ਬਹੁਤ ਸਾਰੇ ਕਿੱਸੇ ਸੁਣਨੇ ਕੋ ਮਿਲਦੇ। ਤੋ ਬੀਚ ਮੈਂ ਦੂਸਰੇ ਕਾਲਰ ਕੋ ਲਗਾਤਾ ਹੂੰ ਕਾਲ, ਜੋ ਮੇਰੀ ਦੂਸਰੀ ਲਿਸਟ ਮੈਂ, ਇਨਕੀ ਸ਼ਾਦੀ ਵੀ ਹੋਏ 1 ਸਾਲ ਹੋ ਗਿਆ ਹੈ, ਤੋ ਇਨਸੇ ਪੂਛਤੇ ਹੈ ਕਿ ਲਾਈਫ ਮੇਂ ਕਿਆ ਚੱਲ ਰਿਹਾ। ਹਾਂਜੀ ਮਹਾਰਾਜ, ਤੂੰ ਬਦਲ ਗਿਆ? ਫੋਨ ਕੱਟ ਦਿੰਦਾ ਤੇ ਉਸ ਤੋਂ ਬਾਅਦ ਤੂੰ ਫਿਰ ਚੱਕਦਾ ਨੀ, ਉਹ ਕਰਦਾ ਨੀ। ਮੈਂ ਕੀਤਾ ਸੀ ਫੋਨ ਤੁਹਾਨੂੰ, ਫਿਰ ਚੁੱਕਿਆ ਨੀ। ਕਦੋਂ? ਸ਼ਾਮੀ ਕੀਤਾ ਸੀ ਮੈਂ, ਕਿਹਦੀ ਘਰ ਦੀ? ਮੇਰਾ ਕਿਹਦੀ ਘਰ ਦੀ ਤਾਂ ਘਰੇ ਨੀ ਹੈਗੀ। ਅੱਛਾ, ਉਹ ਤਾਂ ਰਾਜਾ ਬਣਿਆ ਪਿਆ, ਕਹਿੰਦਾ ਜਿਹੜੀ ਮੈਨੂੰ ਨੀਂਦ ਆਈ ਨਾ ਅੱਜ ਘਰੇ ਆ ਗਏ, ਕਹਿੰਦਾ ਉਹ ਨੀਂਦ ਮੈਨੂੰ ਨਾ ਕਦੀ ਨੀ ਆਈ, ਕਹਿੰਦਾ ਕੋਈ ਵੀ ਨੀ ਸੀਗਾ ਕਮਰੇ 'ਚ ਪੁੱਛਣ ਵਾਲਾ। ਹੈਲੋ, ਕੀ ਕਰਦੇ ਪਏ ਹੋ? ਏਦਾਂ ਕਹਿਣ ਵਾਲਾ ਵੀ ਕੋਈ ਨੀ ਸੀਗਾ, ਕਹਿੰਦਾ ਏਡੀ ਵਧੀਆ ਨੀਂਦ ਆਈ। ਮੈਂ ਕਿਹਾ ਕਿਆ ਪਤਾ, ਕੱਲ ਪਰਸੋਂ ਕਿਉਂ? ਉਹਦੀ ਘਰ ਵਾਲੀ ਗਈ ਵੀ ਨਹੀਂ, ਉਹ ਕਹਿੰਦਾ 2 ਦਿਨ ਪਹਿਲਾਂ ਦੱਸਿਓ, ਫਿਰ ਨਾ ਘਰ ਵਾਲੀ ਨਾਲ ਲੜਨਾ ਮੈਂ, ਲੜ ਕੇ ਬਹਾਨਾ ਬਣਾ ਕੇ ਘਰੋਂ ਭੱਜ ਜਾਣਾ ਮੈਂ। ਮੈਂ ਕਹਿੰਦਾ ਦੋਸਤ ਘਰੇ ਸੋਣਾ ਤੇ ਆਪਾਂ ਕਰਨੀ ਪਾਰਟੀ। ਯਾਰ ਮੇਰੀ ਗੱਲ ਸੁਣ, ਵਿਆਹ ਤੋਂ ਬਾਅਦ ਸੱਚੀ ਯਾਰ ਬੰਦਾ ਇੰਨਾ ਖੁਸ਼ ਹੁੰਦਾ ਯਾਰ, ਜਿੰਨਾ ਜਿੰਨਾ ਬਹੁਤ ਹੀ ਖੁਸ਼ ਸੀ ਹੁੰਦਾ, ਇੰਨਾ ਬੰਦਾ ਖੁਸ਼, ਬਹੁਤ ਜ਼ਿਆਦਾ ਖੁਸ਼ ਹੁੰਦਾ ਬੰਦਾ, ਮਤਲਬ ਕੀ ਫੀਲਿੰਗ ਆਉਂਦੀ ਹੈ? ਠੀਕ ਆ, ਹੋਰ ਕੋਈ ਗੱਲਾਂ ਸੁਣਾ ਦੋ ਫਿਰ। ਤੂੰ ਵਿਹਲਾ ਬੈਠਾ ਹੈਗਾ ਨਾ, ਪਿੱਛੋਂ ਪਤਾ ਕੀ ਆਵਾਜ਼ ਆਉਣੀ ਆ, ਕੀ ਸੋਚੀ ਜਾਂਦਾ, ਕੀ ਕਰੀ ਜਾਂਦਾ, ਤੂੰ ਸੋਚੀ ਜਾਂਦਾ, ਕੀ ਸੋਚੀ ਜਾਂਦਾ? ਕੁਛ ਨੀ, ਓਦਾਂ ਹੀ ਬਸ ਕੰਧਾਂ ਲਿਖੀ ਜਾਂਦਾ ਸੀਗਾ ਕੰਧ ਬਸ। ਅੱਛਾ, ਕੀ ਸੋਚਦਾ ਮੈਂ ਫਿਰ ਵੀ, ਕੀ ਚੱਲਦਾ ਪਾ ਤੁਹਾਡੇ ਦਿਮਾਗ ਚ? ਮਤਲਬ ਕੰਧ ਵੱਲ ਵੀ ਨੀ ਵੇਖਣ ਦਿੰਦੀ ਹੈ ਨਾ ਇਹ? ਨਾ 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 ਨਾ, ਤੂੰ ਸ਼ਾਂਤ ਬੈਠਾ ਕਿਉਂ ਆ? ਤੇ ਜੇ ਤੂੰ ਬੋਲਦਾ ਮੈਂ ਤਾਂ ਕਹਿੰਦੀ ਜ਼ਿਆਦਾ ਕੁ ਬੋਲਦਾ ਹੈ। ਤੂੰ ਪਤਾ ਕੀ ਕਰ, ਤੂੰ ਬਸ ਜਦੋਂ ਘਰੇ ਆਉਣਾ ਤੂੰ ਮੇਰੇ ਨਾਲ ਗੱਲਾਂ ਕਰੀ ਜਾ ਬਸ। ਮਤਲਬ ਬੰਦਾ ਸੌ ਵੀ ਨੀ ਸਕਦਾ ਤੇ ਕੰਧ ਵੱਲ ਨੀ ਵੇਖ ਸਕਦਾ? ਨਾ ਨਾ ਨਾ, ਤੂੰ ਗੱਲਾਂ ਕਰੀ ਜਾ, ਗੱਲਾਂ ਕਰ ਵੀ ਤੇ ਗੱਲਾਂ ਉਦੋਂ ਜ਼ਿਆਦਾ ਸੁਣ ਮਿਲਦੀਆਂ। ਮੋਬਾਈਲ ਯੂਜ਼ ਕਰ ਸਕਦਾ ਬੰਦਾ? ਗੇਮ ਗੂਮ ਖੇਡ ਸਕਦਾ? ਐਵੇਂ ਖੇਡ ਸਕਦਾ? ਨਹੀਂ, ਇਹ ਪਹਿਲਾਂ ਖੇਡ ਲਓ ਜਿਹੜੀ ਹੁਣ ਤੱਕ ਹੈਗੇ 10-15 ਦਿਨ ਕੱਢਣ ਦੀ।
ਤੇ ਆਪ ਜੇ ਇਹਨਾਂ ਨੇ ਕਰ ਆਓ ਤੇ ਆਪ ਜੇ ਇਹਨਾਂ ਨੇ ਗੇਮ ਗੂਮ ਖੇਡਣੀ ਹੋਵੇ ਕੋਈ ਜਿਵੇਂ ਟੀਵੀ ਜਿਵੇਂ ਮੋਬਾਈਲ ਤੇ ਕੁਛ ਦੇਖਣਾ ਹੋਵੇ ਉਹ ਆਪਾਂ ਨਹੀਂ ਰੋਕਦੇ ਨਾ ਇਹਨਾਂ ਨੂੰ ਨਾ ਰੋਕਦੇ ਮੈਂ ਸਵੇਰੇ ਜਾ ਰਹੀ ਹਾਂ ਪਿੰਡ ਤੁਸੀਂ ਇੱਧਰ ਕਰੋ ਤੁਸੀਂ ਆਪਣੀ ਲਾਈਫ ਇੰਜੋਏ ਕਰੋ ਸੀਰੀਅਸ ਪਾਪਾ ਇੰਨੇ ਔਖੇ ਹੋ ਤੁਸੀਂ ਮੇਰੇ ਓਏ ਹੋਏ ਨਹੀਂ ਸੀਰੀਅਸ ਵਾਲਾ ਮਤਲਬ ਕਿ ਮੈਂ 24 ਘੰਟੇ ਬਸ ਇੱਕ ਹੀ ਗੱਲ ਥੋੜੀ ਜਿਹੀ ਬਾਤ ਕਰ ਭਾਬੀ ਨੂੰ ਕਿਹਾ ਮਜ਼ਾਕ ਕਰਨ ਡੇ ਆ ਹਾਸੀਆਂ ਕਿੱਡੀਆਂ ਅੱਛਾ ਹੋਰ ਕੋਈ ਗੱਲ ਸੁਣਾ ਦੋ ਕੀ ਤੰਗ ਕਰਦੀ ਹੁੰਦੀ ਹੈ ਵਾਈਫ ਕਿਵੇਂ ਤੰਗ ਕਰਦੀ ਵਿਆਹ ਤੋਂ ਬਾਅਦ ਬਚ ਕਰਦਾ ਮਨਾ ਲਾ ਮੈਂ ਚਲੋ ਠੀਕ ਆ ਮਨਾ ਲਓ ਪਹਿਲਾਂ ਮਨਾ ਲਓ ਹੈਲੋ ਯੇ ਰਹੇ ਹਮਾਰੇ ਕਾਲਰ ਔਰ ਇਨਕੀ ਜੋ ਹੈ ਹਮਾਰੀ ਵਜ੍ਹਾ ਸੇ ਉਨਕੀ ਵਾਈਫ ਜੋ ਸੀ ਲਾਊਡ ਸਪੀਕਰ ਪੇ ਬਾਤੇ ਸੁਣ ਰਹੀ ਥੀ ਔਰ ਇਨਕਾ ਝਗੜਾ ਹੋ ਗਿਆ ਅਬ ਯੇ ਉਨਕੋ ਮਨਾਏਂਗੇ ਥੋੜੀ ਦੇਰ ਮੈਂ ਬੈਕ ਕਾਲ ਕਰੂੰਗਾ ਔਰ ਫਿਰ ਮੈਂ ਆਪਸੇ ਬਤਾਤਾ ਹੂੰ ਹਮਾਰੇ ਸੈਕਿੰਡ ਐਪੀਸੋਡ ਮੇਂ ਯੇ ਆਜ ਹਮਾਰਾ ਪਹਿਲਾ ਪੋਡਕਾਸਟ ਹੈ ਜਿਸਕਾ ਨਾਮ ਹੈ ਪਤੀ ਪਤਨੀ ਔਰ ਨੋਕ ਝੋਕ ਯਹਾਂ ਪੇ ਹਮ ਲੋਗ ਡੇਲੀ ਆਪਕੋ ਐਸੇ ਹੀ ਕਿੱਸੇ ਜੋ ਰੀਅਲ ਕਿੱਸੇ ਹੈ ਵੋ ਆਪਕੇ ਸਾਥ ਸ਼ੇਅਰ ਕਰਤੇ ਹੈ ਔਰ ਆਪ ਵੀ ਕਮੈਂਟ ਕਰਕੇ ਬਤਾਈਏ ਜ਼ਰਾ ਕਿ ਆਪਕੇ ਸਾਥ ਵੀ ਆਪਕੇ ਸ਼ਾਦੀਸ਼ੁਦਾ ਲਾਈਫ ਮੇਂ ਕਿਆ ਹੋਤਾ ਹੈ ਤੋ ਸ਼ੇਅਰ ਕੀਜੀਏ ਆਪਣੇ ਕਮੈਂਟ ਮੇਂ ਆਪਣੇ ਕਿੱਸੇ ਔਰ ਅਗਰ ਆਪ ਚਾਹਤੇ ਹੈ ਹਮ ਆਪਕੋ ਕਾਲ ਕਰੇਂ ਤੋ ਆਪਕਾ ਨੰਬਰ ਜੋ ਹੈ ਹਮੇਂ ਡ੍ਰੌਪ ਕੀਜੀਏ ਕਮੈਂਟ ਸੈਕਸ਼ਨ ਮੇਂ ਹਮ ਆਪਕੋ ਕਾਲ ਵੀ ਕਰੇਂਗੇ